ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਵਾਸਤੇ ਅਸੀਂ ਕੁਛ ਨਵੀਆਂ ਜੋ ਅਸਾਮੀਆਂ ਨਿਕਲੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਇੱਥੇ ਅੱਜ ਇਹ ਵੀਡੀਓ ਬਣਾ ਰਹੇ ਹਾਂ। ਦੋਸਤੋ, ਤੁਸੀਂ ਦੇਖਿਆ ਹੋਣਾ ਕਿ ਵੱਖ ਵੱਖ ਡਿਪਾਰਟਮੈਂਟਾਂ ਦੇ ਨਾਲ ਨਾਲ ਹੁਣ ਪੰਜਾਬ ਪੁਲਿਸ ਦੇ ਜੋ ਵੱਖ ਵੱਖ ਵਿੰਗ ਨੇ ਉਹਨਾਂ ਦੇ ਵਿੱਚ ਵੀ ਬੜੇ ਵੱਡੇ ਪੱਧਰ 'ਤੇ ਇਹ ਜੋ ਅਸਾਮੀਆਂ ਨੇ ਸਰਕਾਰੀ ਨੌਕਰੀਆਂ ਨਿਕਲ ਰਹੀਆਂ ਨੇ। ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਕਿ ਪਹਿਲਾਂ ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰ ਦੀਆਂ ਪੋਸਟਾਂ ਕੱਢੀਆਂ ਗਈਆਂ ਸੀ। ਇਸ ਤੋਂ ਇਲਾਵਾ ਉਹ 560 ਦੇ ਕਰੀਬ ਗਿਣਤੀ ਸੀ। ਉਸ ਤੋਂ ਬਾਅਦ ਤਕਰੀਬਨ 4400 ਦੇ ਕਰੀਬ ਕੌਂਸਟੇਬਲ ਦੀਆਂ ਇਹ ਅਸਾਮੀਆਂ ਕੱਢੀਆਂ ਗਈਆਂ ਸੀ ਪੰਜਾਬ ਪੁਲਿਸ ਵੱਲੋਂ, ਵੱਖ ਵੱਖ ਜਿਹਦੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਰੱਖੇ ਜਾਣੇ ਸੀ ਜਾਂ ਅਲੱਗ ਅਲੱਗ ਜਿਹੜੇ ਵਿੰਗ ਹੁੰਦੇ ਨੇ ਉਹਨਾਂ ਵੱਲੋਂ ਰੱਖੇ ਜਾਣੇ ਸੀ। ਸੋ ਹੁਣ ਪੰਜਾਬ ਪੁਲਿਸ ਦੇ ਦੋ ਅਲੱਗ ਕੇਡਰ ਹੁੰਦੇ ਨੇ, ਇਨਵੈਸਟੀਗੇਸ਼ਨ ਕੇਡਰ ਅਤੇ ਇੰਟੈਲੀਜੈਂਸ ਕੇਡਰ। ਇਹਨਾਂ ਦੇ ਵਿੱਚ ਵੀ ਤਕਰੀਬਨ 1156 ਅਸਾਮੀਆਂ ਕੌਂਸਟੇਬਲ ਲੈਵਲ ਦੀਆਂ ਕੱਢੀਆਂ ਗਈਆਂ ਨੇ। ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿਉਂਕਿ ਇਹ ਜਾਣਕਾਰੀ ਤੁਹਾਡੇ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ ਅਤੇ ਤੁਸੀਂ ਜਿਹੜੇ ਨੌਜਵਾਨ ਜਿਹੜੇ ਬੱਚੇ ਅਲੀਜੀਬਲ ਨੇ ਜਿਹੜੇ ਨੌਕਰੀਆਂ ਦੀ ਭਾਲ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦੀ ਜਾਂ ਦੇਸ਼ ਦੀ ਸੇਵਾ ਕਰਨੀ ਆ, ਉਹ ਇਹਨਾਂ ਅਸਾਮੀਆਂ ਵਾਸਤੇ ਜ਼ਰੂਰ ਅਪਲਾਈ ਕਰਨ। ਦੋਸਤੋ, ਇੱਕ ਤਾਂ ਇਨਵੈਸਟੀਗੇਸ਼ਨ ਕੇਡਰ ਹੈ ਜਿਹਨੂੰ PBI ਕਹਿ ਦਿੰਦੇ ਹਾਂ ਆਪਾਂ ਪੰਜਾਬ ਪੁਲਿਸ ਦਾ, ਉਹਦੇ ਵਿੱਚ ਵੀ ਕੌਂਸਟੇਬਲ ਦੀਆਂ ਅਸਾਮੀਆਂ ਨੇ। ਇਸ ਤੋਂ ਇਲਾਵਾ ਇੰਟੈਲੀਜੈਂਸ ਕੇਡਰ ਹੈ, ਇਹਦੇ ਵਿੱਚ ਵੀ ਕੌਂਸਟੇਬਲ ਦੀਆਂ ਅਸਾਮੀਆਂ ਨੇ। ਇਹ ਦੋਨੋਂ ਰਲਾ ਮਿਲਾ ਕੇ 1156 ਦੇ ਕਰੀਬ ਅਸਾਮੀਆਂ ਬਣਦੀਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਅਸਾਮੀਆਂ ਦੇ ਲਈ ਭਾਰਤ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦਾ। ਉਹਦੇ ਕੋਲ ਭਾਰਤ ਦੀ ਨਾਗਰਿਕਤਾ ਹੋਣੀ ਲਾਜ਼ਮੀ ਆ। ਇਹਦੇ ਵਾਸਤੇ ਇੱਕ ਪੰਜਾਬ ਪੁਲਿਸ ਵੱਲੋਂ ਔਨਲਾਈਨ ਅਪਲਾਈ ਕਰ ਸਕਦੇ ਹਾਂ ਆਪਾਂ ਇਹਨਾਂ ਅਸਾਮੀਆਂ ਵਾਸਤੇ। ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਜੋ ਅਧਿਕਾਰਿਤ ਵੈਬਸਾਈਟ ਹੈ ਨਾ, ਵੈਬਸਾਈਟ ਦਾ ਐਡਰੈਸ ਤੁਹਾਡੀ ਸਕਰੀਨ 'ਤੇ ਵੀ ਆ ਗਿਆ, www.punjabpolice.gov.in। ਦੋਸਤੋ, ਤੁਸੀਂ ਜਦੋਂ ਇਸ ਵੈਬਸਾਈਟ 'ਤੇ ਜਾਓਗੇ ਤਾਂ ਤੁਹਾਨੂੰ ਅੱਗੇ ਇੱਕ ਲਿੰਕ ਦਿਖਾਈ ਦੇਵੇਗਾ ਰਿਕਰੂਟਮੈਂਟ ਨਾਲ ਸੰਬੰਧਿਤ। ਉਹ ਲਿੰਕ ਦੇ ਉੱਤੇ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਅਤੇ ਤੁਸੀਂ ਔਨਲਾਈਨ ਅਪਲਾਈ ਇਹਨਾਂ ਅਸਾਮੀਆਂ ਵਾਸਤੇ ਕਰ ਸਕੋਗੇ। ਸੋ ਔਨਲਾਈਨ ਅਪਲਾਈ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ 26 ਜੁਲਾਈ 2021 ਤੋਂ ਆਲਰੇਡੀ ਸ਼ੁਰੂ ਹੋ ਚੁੱਕਿਆ। ਪਿਛਲੇ 2 ਦਿਨ ਤੋਂ ਇਹ ਤਕਰੀਬਨ 1.5 ਕੁ ਦਿਨ ਹੋ ਗਿਆ ਇਹਨੂੰ ਚਾਲੂ ਹੋਇਆ ਪ੍ਰੋਸੈਸ ਨੂੰ, ਅਤੇ ਤੁਸੀਂ ਹੁਣ ਔਨਲਾਈਨ ਅਪਲਾਈ ਕਰ ਸਕਦੇ ਹੋ। ਔਨਲਾਈਨ ਜਿਹੜਾ ਆਪਾਂ ਅਪਲਾਈ ਕਰਨਾ ਵਾ ਉਹਦੀ ਆਖਰੀ ਤਰੀਕ 16 ਅਗਸਤ 2021 ਹੈ। ਰਾਤ ਦੇ 11:55 ਤੱਕ ਆਪਾਂ ਇਹ ਔਨਲਾਈਨ ਜੋ ਐਪਲੀਕੇਸ਼ਨ ਫੋਰਮ ਆ ਉਹ ਭਰ ਸਕਦੇ ਹਾਂ। ਸੋ ਸਾਡੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇਹ ਜੋ ਕੌਂਸਟੇਬਲ ਦੀਆਂ ਪੋਸਟਾਂ, 1156 ਬਹੁਤ ਜ਼ਿਆਦਾ ਪੋਸਟਾਂ ਹੁੰਦੀਆਂ ਨੇ, ਥੋੜ੍ਹੀਆਂ ਪੋਸਟਾਂ ਨਹੀਂ ਹੁੰਦੀਆਂ। ਅਗਰ ਅਸੀਂ ਪੂਰੀ ਮਿਹਨਤ ਕਰਕੇ ਇਹਨਾਂ ਅਸਾਮੀਆਂ ਦੇ ਲਈ ਭਰਾਂਗੇ ਤਾਂ ਫਿਰ ਆਪਾਂ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਜੋ ਪੰਜਾਬ ਸਰਕਾਰ ਦੇ ਸਰੀਰਕ ਪੈਰਾਮੀਟਰਸ ਨੇ, ਮਾਪਦੰਡ ਨੇ, ਆਪਾਂ ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਲਿਆ ਕੇ ਖੜਾ ਕਰ ਲੈਂਦੇ ਹਾਂ ਤਾਂ ਅਸੀਂ ਯਕੀਨੀ ਕਹਿ ਸਕਦੇ ਹਾਂ ਕਿ ਜਿਹੜੇ ਡਿਜ਼ਰਵਿੰਗ ਬੱਚੇ ਨੇ ਉਹ ਬਿਲਕੁਲ ਭਰਤੀ ਹੋ ਸਕਦੇ ਨੇ। ਸੋ ਦੋਸਤੋ, ਇਹ ਜੋ ਪੰਜਾਬ ਪੁਲਿਸ ਦੀਆਂ ਇਹ ਪੋਸਟਾਂ ਨਿਕਲੀਆਂ ਇਹਨਾਂ ਵਾਸਤੇ ਆਪਾਂ ਅਪਲਾਈ ਜ਼ਰੂਰ ਕਰੀਏ। ਸੋ ਇਸੇ ਤਰ੍ਹਾਂ ਲੋਕਲ ਗਵਰਨਮੈਂਟ ਡਿਪਾਰਟਮੈਂਟ ਜਿਹੜਾ ਹੁੰਦਾ ਸਥਾਨਕ ਸਰਕਾਰਾਂ ਵਿਭਾਗ, ਉਹਨਾਂ ਵੱਲੋਂ ਮਿਊਂਸੀਪਲ ਕੌਂਸਲ ਫਰੀਦਕੋਟ, ਜਿਹੜੀ ਨਗਰ ਕੌਂਸਲ ਹੁੰਦੀ ਹੈ, ਨਗਰ ਕੌਂਸਲ ਫਰੀਦਕੋਟ ਦੇ ਵਿੱਚ ਸਵੀਪਰ ਅਤੇ ਸੀਵਰਮੈਨ ਹੁੰਦੇ ਆ ਜੋ, ਉਹਨਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਨੇ। ਇਹਦੇ ਵਿੱਚ ਜੋ ਸਵੀਪਰ ਦੀਆਂ ਪੋਸਟਾਂ ਨੇ ਉਹ 500 ਨੇ, ਅਤੇ ਜੋ ਸੀਵਰਮੈਨ ਹੁੰਦੇ ਆ ਜਿਹੜੇ ਸੀਵਰ ਲਾਈਨਾਂ ਸਾਫ਼ ਕਰਦੇ ਨੇ ਜਾਂ ਠੀਕ ਕਰਦੇ ਨੇ ਜਿੱਥੇ ਕੋਈ ਪ੍ਰੋਬਲਮ ਆ ਜਾਵੇ, ਉਹ 16 ਪੋਸਟਾਂ ਨੇ। ਸੋ ਆਓ ਆਪਾਂ ਜਿਹੜੇ ਵੀ ਬੱਚੇ ਸਵੀਪਰ ਵਾਸਤੇ ਜਾਂ ਸੀਵਰਮੈਨ ਦੀ ਪੋਸਟ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹਨਾਂ ਪੋਸਟਾਂ ਵਾਸਤੇ ਜ਼ਰੂਰ ਅਪਲਾਈ ਕਰਨਾ ਚਾਹੀਦਾ। ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਇਹ ਰੈਗੂਲਰ ਤਨਖਾਹ ਸਕੇਲ ਦੀਆਂ ਅਸਾਮੀਆਂ ਨੇ ਜਿਹਦੇ ਉੱਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜੋ ਲੇਬਰ ਰੇਟ ਨਿਰਧਾਰਿਤ ਕੀਤੇ ਹੁੰਦੇ ਆ
ਉਹ ਰੇਟਾਂ ਦੇ ਆਧਾਰ 'ਤੇ ਠੇਕਾ ਦੇ ਆਧਾਰ 'ਤੇ ਮਤਲਬ ਇਹ ਅਸਾਮੀਆਂ ਭਰੀਆਂ ਜਾਣੀਆਂ ਨੇ। ਇਹ ਜਿਹੜੇ ਵਿਚਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਜਿਹੜੇ ਨੌਕਰੀ ਦੀ ਭਾਲ ਦੇ ਵਿੱਚ ਨੇ ਉਹਨਾਂ ਨੂੰ ਇਹਨਾਂ ਅਸਾਮੀਆਂ ਵਾਸਤੇ ਸਵੀਪਰ ਅਤੇ ਸਿਵਲਮੈਨ ਦੀਆਂ ਅਸਾਮੀਆਂ ਵਾਸਤੇ ਜ਼ਰੂਰ ਅਪਲਾਈ ਕਰਨਾ ਚਾਹੀਦਾ। ਸੋ ਜਿਹੜੀ ਇਹ ਆਪਾਂ ਅਪਲਾਈ ਕਰਨ ਦੀ ਜਿਹੜੀ ਅੰਤਿਮ ਮਿਤੀ ਵਾ ਉਹ ਹੈਗੀ ਆ 12 ਅਗਸਤ 2021 ਸ਼ਾਮ ਨੂੰ 5 ਵਜੇ ਤੱਕ ਆਪਾਂ ਇੱਥੇ ਆਪਣੀ ਅਰਜ਼ੀ ਦੇ ਸਕਦੇ ਹਾਂ। ਜੇ ਕੋਈ ਤੁਹਾਨੂੰ ਹੋਰ ਇਹਨਾਂ ਅਸਾਮੀਆਂ ਵਾਸਤੇ ਫਰਦਰ ਡਿਟੇਲ ਦੀ ਲੋੜ ਹੈ ਤਾਂ ਜੋ ਲੋਕਲ ਗੌਰਮੈਂਟ ਦੀ ਵੈਬਸਾਈਟ ਹੈ ਉਹ ਹੈਗੀ ਆ www.lgpunjab.gov.in www.lgpunjab.gov.in ਤੁਸੀਂ ਇਸ ਵੈਬਸਾਈਟ 'ਤੇ ਚਲੇ ਜਾਓ। ਜਦੋਂ ਤੁਸੀਂ ਦੇਖੋਗੇ ਤਾਂ ਤੁਹਾਡੇ ਅੱਗੇ ਸਾਰੀ ਇਨਫੋਰਮੇਸ਼ਨ ਇਹਨਾਂ ਅਸਾਮੀਆਂ ਬਾਰੇ ਤੁਹਾਡੇ ਸਾਹਮਣੇ ਆ ਜਾਏਗੀ। ਸੋ ਇਹ ਸਨ ਕੁਛ ਅਸਾਮੀਆਂ ਜੋ ਸਰਕਾਰੀ ਅਦਾਰਿਆਂ ਵੱਲੋਂ ਕੱਢੀਆਂ ਗਈਆਂ ਨੇ, ਤੁਹਾਡੇ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਅਸਾਮੀਆਂ ਵਾਸਤੇ ਖੁਦ ਵੀ ਅਪਲਾਈ ਕਰੋਗੇ ਅਤੇ ਆਪਣੇ ਜੋ ਤੁਹਾਡੇ ਦੂਰ ਨੇੜੇ ਦੇ ਰਿਸ਼ਤੇਦਾਰ ਨੇ ਉਹਨਾਂ ਤੱਕ ਵੀ ਅਸਾਮੀਆਂ ਦੀ ਜਾਣਕਾਰੀ ਸ਼ੇਅਰ ਕਰੋਗੇ, ਉਹਨਾਂ ਨੂੰ ਉਤਸ਼ਾਹਿਤ ਕਰੋਗੇ ਕਿ ਆਓ ਆਪਾਂ ਇਹਨਾਂ ਅਸਾਮੀਆਂ ਨੂੰ ਵਾਸਤੇ ਅਪਲਾਈ ਕਰੀਏ ਅਤੇ ਆਪਣੇ ਪੈਰਾਂ ਦੇ ਉੱਤੇ ਆਪ ਖੜ੍ਹੇ ਹੋਈਏ। ਦੋਸਤੋ, ਇਸੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਲਈ ਅੱਗੇ ਵੀ ਅਸੀਂ ਹਾਜ਼ਰ ਹੁੰਦੇ ਰਹਾਂਗੇ। ਸੋ ਆਪ ਨੂੰ ਬੇਨਤੀ ਹੈ ਕਿ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ, ਲਾਈਕ ਕਰੋ ਅਤੇ ਇਸ ਨੂੰ ਸਬਸਕ੍ਰਾਈਬ ਕਰੋ। ਸੋ ਆਪ ਜੀ ਦਾ ਬਹੁਤ ਬਹੁਤ